ਇਹ ਬਾਈ ਵੀ ਆਪਣਾ ਵਧੀਆ ਮਿੱਤਰ ਆ ਇਹ। ਮਸ਼ੀਨ ਅੱਜ ਆਪਾਂ ਨੇ ਚਾਲੂ ਕਰਤੀ ਫੈਕਟਰੀ ਦੇ ਵਿੱਚ, ਇਹ ਚੱਲ ਰਹੀ ਹੈ ਜੀ ਦੇਖੋ। ਬਸ ਬੰਦੇ ਵੀ ਇੱਕ ਦੋ ਬੰਦੇ ਨਾਲ ਕੇਅਰ ਲਈ ਚਾਹੀਦੇ ਨੇ, ਉਹਦਾ ਮਤਲਬ ਹੌਲੀ ਤੇਜ਼ ਮਾਲ ਕਿੰਨਾ ਕੁ ਗਿਰਨਾ ਇਹਦੇ ਉੱਤੇ ਆਪਣੀ ਕਨਵੇਅਰ 'ਤੇ, ਉਸ ਹਿਸਾਬ ਨਾਲ ਬਸ ਉੱਥੇ ਉਹ ਜਿਵੇਂ ਬੰਦੇ ਖੜ੍ਹੇ ਨੇ, ਇੱਕ ਬੰਦਾ ਉੱਥੇ ਰਹੂਗਾ, ਸੈਟਿੰਗ ਕਰੀ ਜਾਊਗਾ ਅਤੇ ਮਾਲ ਖੁੱਲ੍ਹੀ ਜਾਊਗਾ। ਲਓ ਜੀ ਸੋਹਲ ਇੰਜੀਨੀਅਰਿੰਗ ਵਰਕਸ ਫਲੋਰ, ਉਹਨਾਂ ਦਾ ਆਪਾਂ ਮਸ਼ੀਨ ਬਣਾਈ ਆ ਜੀ ਇਹ ਅਸੀਂ ਬੜਾ ਉਹ ਬਾਈ ਨੇ ਮਿਸਤਰੀ ਸਾਹਿਬ ਨੇ ਯਾਰ ਮੈਂ ਸੰਘਰਸ਼ ਕਰਿਆ ਇਹ ਕੰਮ 'ਚ, ਪਹਿਲਾਂ ਅਸੀਂ ਇੱਕ ਮਸ਼ੀਨ ਹੋਰ ਬਣਾਈ ਸੀ ਉਹ ਸਾਡੀ ਸਕਸੈਸ ਨਹੀਂ ਹੋਈ, ਖੋਲ੍ਹਦੀ ਤਾਂ ਸੀਗੀ ਪਰ ਉਹ ਕੁਆਂਟਿਟੀ ਘੱਟ ਖੋਲ੍ਹਦੀ ਸੀ ਯਾਰ, ਉਹ ਮਿੱਟੀ ਜ਼ਿਆਦਾ ਲਾਉਂਦੀ ਸੀ। ਇਹਦਾ ਹੁਣ ਨਾ ਕੋਈ ਕਰਦਾ, ਨਾ ਕੋਈ ਖੜਕਾ, ਨਾ ਕੋਈ ਸ਼ੋਰ ਹੈ, ਵਧੀਆ ਸਾਈਲੈਂਟ ਚੱਲਦੀ ਆ ਅਤੇ ਮਿੱਟੀ ਨਹੀਂ ਉੱਡਦੀ ਫਾਲਤੂ, ਅਤੇ ਬਹੁਤ ਵਧੀਆ ਜੁਗਾੜ ਚੱਲਿਆ। ਵੀਰਾਂ ਨੂੰ ਬੇਨਤੀ ਹੈ ਵੀ ਜਿਹਨੂੰ ਵੀ ਲੋੜ ਆ ਸੋਹਲ ਇੰਜੀਨੀਅਰ ਵਰਕਸ ਫਲੋਰ ਬਾਈ ਨਾਲ ਤੁਸੀਂ ਕਰ ਸਕਦੇ ਹੋ ਰਾਬਤਾ, ਵਧੀਆ ਮਸ਼ੀਨਾਂ ਉਹ ਇਹ ਮਸ਼ੀਨਾਂ ਬਣਾਉਂਦੇ ਨੇ।